ਬਸ ਠੀਕ ਲੱਗੇ ਪਿਓ ਮੈਂ ਦੇ ਸਕੂਨ। ਉਹ ਪਰਦੇਸੀ ਆ ਉਹ ਜਿਹੜੀ ਤੇਰੇ ਨਾਲ ਗਾਲੀ ਕਰਦੀ ਹੈ ਨਾ, ਹੂੰ ਕੁ ਜਵਾਨ ਪਕੜੀ ਖੜਨ ਤੇ ਤੂੰ ਇੱਥਾਂ ਇਹ ਜ਼ਲੀਲ ਪਿਆ ਥਿੰਦੀ, ਉਡੇ ਹੀ ਵਾਂਜੇ ਟੁੱਕੇ ਬਾਅਦ ਚ ਬਧੀ ਨਾ ਤਾਂ ਹੂੰ ਕੁ ਤਾਂ ਮਾਰ ਛੁੜੇ ਸੀ ਨੀ। ਕੌਣ ਪਕੜੀ ਖੜੇ? ਉਹ ਵੇਸੀ ਤਾਂ ਪਤਾ ਲੱਗ ਵੈਸੇ ਕੌਣ ਪਕੜੀ ਖੜੇ। ਉਹਨੇ ਵਾਸਤੇ ਕਹੀ ਕਿਆ ਹੀ ਸੋਟੀ ਨਾਲ ਮਾਰ ਰਹੇ ਸਾਂ ਤੇ ਲਾਸ਼ਾਂ ਵਿਛਾ ਰਹੇ ਸਾਂ ਲਾਸ਼ਾਂ। ਕੋਨੀ ਵੰਜਣ ਦੇ ਵਣਾ ਸਹੀ ਕੋ ਦੇਖ ਦੇ ਹੀ ਕੋ ਹੁਣ ਕੌਣ ਬਚਾਵਣ ਹਮਦੇ? ਪਿਛਲੇ ਦਫਾ ਵੀ ਉਹ ਸਰਦਾਰ ਆਇਆ ਸਫਾਰਿਸ਼ ਪਾ ਤੈ ਗਹਿਨ ਜਾ, ਹੁਣ ਨਾ ਵੰਜਣ ਦੇ ਸੂ। ਕੋਨਾ ਵੇ ਕੋਨਾ ਹਿੰਦ ਬਾਸਾ ਕਈ ਸਰਦਾਰ ਦੇ ਨਾ ਮਨੇ ਸੂ, ਅਸਾਂ ਆਪਣੀ ਮਨੋਏ ਸੂ ਆਪਣੀ। ਸੁਣੀ ਬਸ ਕਰ ਸੀ ਬਸ ਕਰ, ਤੇਰੀ ਬਦਮਾਸ਼ੀ ਦਾ ਸਾਰਾ ਪਤਾ ਹੈ, ਮਤਾ ਹਮ ਸਾਹਿਬ ਕੋਈ ਆਪ ਨੇ ਉੱਠੀ ਤੇ ਪਤਾ ਕੋਈ ਸ਼ਰਮ ਨਹੀਂ ਆਉਂਦੀ ਤੂੰ ਆਪਣੇ ਬੋਸ ਨਾਲ ਇਹ ਗੱਲ ਕਰਨ ਦੀ? ਉੱਥਾਂ ਕਹੀ ਦਾ ਕੰਮ ਕੋ ਨਾ, ਇੱਥਾਂ ਡੰਡੀ ਦਾ ਕੰਮ ਕੋ ਨਹੀਂ, ਤੇ ਮੇਰੇ ਕੋ ਲੱਗਦਾ ਇੱਥਾਂ ਹੱਥੇ ਦਾ ਕੰਮ ਹੈ। ਚਲੋ ਅੱਲਾ ਮਾਲਿਕ ਹੈ, ਜਾ ਕੁਟੇ ਸਾਂ ਜਾ ਵੱਲ ਕੁਟੀ ਤੇ ਮੈਂ ਬੋਸ ਹਾਂ ਬੋਸ ਤੁਹਾਡਾ। ਸੁਣੀ ਮੈਂ ਬੋਸ ਹਾਂ ਤੁਹਾਡਾ। ਓ ਤੂੰ ਕਿਉਂ ਖਿਲਦਾ ਖੜੀ ਪਾਗਲ ਸੀ ਕੀ ਗਿਆ? ਮੈਂ ਹੀ ਸਾਗੋ ਖਿਲਦਾ ਖੜਾ, ਤੂੰ ਇੱਥਾ ਹੀ ਕੋ ਪਕੜੀ ਖੜੀ ਉੱਤਾ ਤੇਰੀ ਮਸ਼ੂਕ ਕੋ ਪਕੜੀ। ਓਏ ਮੇਰੇ ਮਸ਼ੂਕ ਕੋ ਕਾਲ ਪਕੜੀ ਖੜੇ ਮੈਂ ਤੀ ਤਾਂ ਪਤਾ ਲੱਗਦੀ ਵਜੋ ਡੇ ਬਾਏ ਹੀ ਕੋ ਛੋੜੋ ਜੁਲੋ ਹੁਣ ਹੂੰ ਕੋ ਬਚਾਓ ਬਚਾਓ ਟਾਈਮ ਨਾਲ। ਤੈਨੂੰ ਕੀ ਹੋ ਗਿਆ ਤੇਰੀ ਹੱਸੀ ਨਹੀਂ ਰੁਕਣ ਦੀ? ਮੈਂ ਕੋ ਤਾਂ ਪਤਾ ਹਾਂ ਉਹੇ ਟ੍ਰੈ ਜਣੇ ਹਨ, ਮੈਂ ਕੱਲਾ ਹਾਂ ਮੈਂ ਕੱਲਾ ਕੁਟੀ ਜ ਪਵਾਂ ਹੈ ਹੀ ਤਾਂ ਗੋਨੇ ਕੋ ਕੂੜ ਮਾਰਿਆ ਉਹੇ ਗੇ ਤੇ ਜਾਨ ਚੁੱਟੀ ਹੈ। ਬਸ ਆਪਾਂ ਕਿਹਦੇ ਪਾਗਲਿਆਂ ਨੀ ਕਰ ਬਾਈ ਦੇਵੇ ਨੂੰ, ਆਪਾਂ ਤਾਂ ਜ਼ਿਆਦਾ ਪਤਾ ਹੀ ਕੋਨਾ ਸੇ ਕੀਤਾ। ਓਏ ਤੂੰ ਇਹ ਬੇਗੁੱਕ ਨੀ ਗੱਲ ਯਾਦ ਹੋਈ ਓ ਜਿਵੇਂ ਤੂੰ ਗੁੱਪਾ ਗੱਲ ਆ ਕੇ ਤੂੰ ਤਾਂ ਭਾਜ ਪੀ ਅਸਾਂ ਤੇ ਦੇਵਲਾ ਤੇਰੇ ਪਿੱਛੋਂ ਭਾਜ ਪੀਉਂ ਕੋ ਹੁੰਦੇ ਇਹ ਨਾ ਸੇ ਪੁੱਛੇ ਕਿਹੜੀ ਜਾਤ ਹੈ ਉਹ ਸੀ ਤੇਰਾ ਪੁੱਛਣ ਅਕਬਰ ਦਾ ਤੂੰ ਬੋਸ ਕਹਿ ਗਈ ਜਿਹੜਾ ਵਾਲਾ ਵਾਪਸ ਜੇਲ ਤਾਂ ਉਹਨੂੰ ਪੁੱਛ ਤੂੰ ਦੱਗ ਪੁੱਛ ਤੂੰ ਵੀ ਕਿੱਥਾ। ਹਾਂ ਇਹ ਗੱਲ ਕਿੱਥੀ ਆਪਣੀ ਮਸ਼ੂਕ ਦੀ ਪਾ ਗਈ